ਸਤਿ ਸ਼੍ਰੀ ਅਕਾਲ ਸਟੂਡੈਂਟਸ ਅੱਜ ਇਸ ਵੀਡੀਓ ਦੇ ਵਿੱਚ ਮੈਂ ਕਲਾਸ 10th ਦਾ ਸਬਜੈਕਟ ਐਸਐਸ ਦਾ ਜਿਹੜਾ 25 ਸਤੰਬਰ ਨੂੰ ਪੈਸਟ ਟੈਸਟ ਹੋਇਆ ਸੀ ਉਹਦੇ ਆਨਸਰ ਲੈ ਕੇ ਆਈ ਆ ਫਰਸਟ ਕੁਐਸਚਨ ਸੀ ਇਨ੍ਹਾਂ ਪर्वतीय ਖੇਤਰਾਂ ਦਾ ਜਨਮ ਅੱਜ ਤੋਂ 400 ਲੱਖ ਸਾਲ ਪਹਿਲਾਂ ਹੋਣਾ ਸ਼ੁਰੂ ਹੋ ਗਿਆ ਸੀ ਉਸ ਸਮੇਂ ਨਾ ਪर्वतीय ਖੇਤਰ ਦੀ ਜਗ੍ਹਾ ਤੇ ਟੈਚਿਸ ਨਾਮ ਦਾ ਸਮੁੰਦਰ ਹੁੰਦਾ ਸੀ ਅਤੇ ਅੱਜ ਉਸ ਜਗ੍ਹਾ ਤੇ ਉੱਚੇ ਪਰਬਤ ਹਨ ਬੱਚਿਓ ਕੀ ਤੁਹਾਨੂੰ ਇਨ੍ਹਾਂ ਪਰਬਤਾਂ ਦਾ ਨਾਮ ਪਤਾ ਹੈ ਤਾਂ ਫਰਸਟ ਕੁਐਸਚਨ ਦਾ ਜਿਹੜਾ ਕੀ ਕਰੈਕਟ ਆਨਸਰ ਸੀ ਹਿਮਾਲਿਆ ਪਰਬਤ ਕਵੈਸਚਨ ਨੰਬਰ 2 ਪੰਜਾਬ ਦੋ ਸ਼ਬਦਾਂ ਪੰਜ ਅਤੇ ਆਬ ਤੋਂ ਬਣਦਾ ਹੈ ਜਿਸ ਦਾ ਅਰਥ ਹੈ ਪੰਜ ਪਾਣੀ ਜਾਂ ਪੰਜਾਂ ਦਰਿਆਵਾਂ ਦੀ ਧਰਤੀ ਜਦੋਂ ਤੁਰਕ ਭਾਰਤੀ ਵਿੱਚ ਆਏ ਤਾਂ ਉਹਨਾਂ ਨੇ ਆਪਣੀ ਭਾਸ਼ਾ ਵਿੱਚ ਇਸ ਪੰਜਾਂ ਦਰਿਆਵਾਂ ਦੀ ਧਰਤੀ ਨੂੰ ਪੰਜਾਬ ਕਿਹਾ ਬੁੱਝੋ ਪਲਾ ਤੁਰਕਾਂ ਦੀ ਭਾਸ਼ਾ ਕਿਹੜੀ ਸੀ ਤਾਂ ਤੁਰਕਾਂ ਦੀ ਜਿਹੜੀ ਭਾਸ਼ਾ ਸੀ ਉਹ ਸੀ ਫਾਰਸੀ ਸੈਕਿੰਡ ਕੁਐਸਚਨ ਦਾ ਕਰੈਕਟ ਆਨਸਰ ਫਾਰਸੀ ਭਾਸ਼ਾ ਕੁਐਸਚਨ ਨੰਬਰ 3 ਮੋਹਨ ਆਪਣੇ ਸਾਥੀ ਵਿਦਿਆਰਥੀਆਂ ਨੂੰ ਦੱਸ ਰਿਹਾ ਸੀ ਕਿ ਇਸ ਤਰ੍ਹਾਂ ਦੀ ਸ਼ਾਸਨ ਪ੍ਰਣਾਲੀ ਵਿੱਚ ਕਾਰਜਪਾਲਿਕਾ ਦਾ ਮੁਖੀ ਨਾ માત્ર ਮੁਖੀ ਹੁੰਦਾ ਹੈ ਸ਼ਾਸਨ ਕਰਨ ਦੀ ਅਸਲੀ ਸ਼ਕਤੀ ਮੰਤਰੀ ਮੰਡਲ ਕੋਲ ਹੁੰਦੀ ਹੈ ਜਿਸ ਦੀ ਅਗਵਾਈ ਪ੍ਰਧਾਨ ਮੰਤਰੀ ਕਰਦਾ ਹੈ ਉਸ ਦੇ ਸਾਥੀ ਵਿਦਿਆਰਥੀਆਂ ਦੀ ਇਸ ਸ਼ਾਸਨ ਪ੍ਰਣਾਲੀ ਦਾ ਨਾਮ ਲੱਭਣ ਵਿੱਚ ਮਦਦ ਕਰੋ ਤਾਂ ਇਹਦਾ 3ਰਡ ਕੁਸ਼ਚਨ ਦਾ ਕਰੈਕਟ ਆਂਸਰ ਸੀ ਸੰਸਦੀ ਸ਼ਾਸਨ ਪ੍ਰਣਾਲੀ ਕੁਸ਼ਚਨ ਨੰਬਰ 4 ਮਲਿਕਾ ਅਰਜੁਨ ਕੇਲ ਦਾ ਨਿਵਾਸੀ ਹੈ ਗਰਮੀ ਦੇ ਮੌਸਮ ਵਿੱਚ ਉੱਥੇ ਨਾਲ ਲੱਗਦੇ ਸਮੁੰਦਰ ਕਾਰਨ ਪੋਣਾ ਆ ਜਾਂਦੀਆਂ ਹਨ ਅਤੇ ਮੋਟੀਆਂ ਬੂੰਦਾ ਵਾਲੀ ਵਰਖਾ ਕਰਦੀਆਂ ਹਨ ਸਥਾਨਕ ਭਾਸ਼ਾ ਵਿੱਚ ਇਸ ਨੂੰ ਕੀ ਕਿਹਾ ਜਾਂਦਾ ਹੈ ਤਾਂ ਇਹਦਾ ਕਰੈਕਟ ਆਨਸਰ ਸੀ ਉਪਰੋਕਤ ਸਾਰੇ ਸਥਾਨਕ ਭਾਸ਼ਾ ਵਿੱਚ ਪੂਰਵਮੰਤਨੀ ਵਰਖਾ ਵੀ ਕਿਹਾ ਜਾਂਦਾ ਅੰਬਾਨੀ ਵਾਛੜ ਵੀ ਕਿਹਾ ਜਾਂਦਾ ਫੁੱਲਾਂ ਦੀ ਵਾਛੜ ਵੀ ਕਿਹਾ ਜਾਂਦਾ ਤਾਂ ਕਰੈਕਟ ਆਨਸਰ ਹੋ ਗਿਆ ਉਪਰੋਕਤ ਸਾਰੇ ਕੁਐਸਚਨ ਨੰਬਰ 4th ਦਾ ਆਨਸਰ ਨੈਕਸਟ ਕੁਐਸਚਨ ਨੰਬਰ 5 ਹਰਵਿੰਦਰ ਦੀ ਬਦਰੀ ਰਾਜਸਥਾਨ ਤੋਂ ਸਾਂ ਵਿੱਚ ਹੋਗੀ ਰਾਜਸਥਾਨ ਵਿੱਚ ਵਰਖਾ ਘੱਟ ਹੁੰਦੀ ਸੀ ਪਰ ਅਸਾਂ ਵਿੱਚ ਵਰਖਾ ਜ਼ਿਆਦਾ ਹੁੰਦੀ ਹੈ ਵਰਖਾ ਜ਼ਿਆਦਾ ਹੋਣ ਕਾਰਨ ਉੱਥੇ ਮਿਲਣ ਵਾਲੀ ਬਨਸਪਤੀ ਵੀ ਰਾਜਸਥਾਨ ਦੀ ਬਨਸਪਤੀ ਤੋਂ ਵੱਖਰੀ ਸੀ ਵਰਖਾ ਜ਼ਿਆਦਾ ਹੋਣ ਕਾਰਨ ਉੱਥੇ ਮਿਲਣ ਵਾਲੀ ਬਨਸਪਤੀ ਨੂੰ ਬਰਸਾਤੀ ਬਣ ਵੀ ਕਿਹਾ ਜਾਂਦਾ ਹੈ ਇਸ ਬਨਸਪਤੀ ਵਿੱਚ ਮਿਲਣ ਵਾਲੇ ਦਰਖਤਾਂ ਦੀ ਉਚਾਈ 30 ਤੋਂ 60 ਮੀਟਰ ਤੱਕ ਮਿਲਦੀ ਹੈ ਇਹ ਬਨਸਪਤੀ ਕਿਸ ਕਿਸਮ ਦੀ ਹੋਵੇਗੀ ਤਾਂ ਇਹਦਾ ਕਰੈਕਟ ਆਨਸਰ ਕੁਐਸਚਨ ਦਾ ਬਹਾਰ ਬਨਸਪਤੀ ਕੁਐਸਚਨ ਨੰਬਰ 5th ਦਾ ਕਰੈਕਟ ਆਨਸਰ ਉਸਨ ਸਦਾ ਵਾਰ ਬਨਸਪਤੀ ਕੁਐਸਚਨ ਨੰਬਰ 6 ਸ੍ਰੀ ਗੁਰੂ ਅਮਰਦਾਸ ਜੀ ਦੀ ਅਧਿਆਤਮਿਕ ਮਹਾਨਤਾ ਨੂੰ ਮੁੱਖ ਰੱਖਦਿਆਂ ਦਰਸ਼ਨਾ ਵਾਸਤੇ ਜਿੱਤੋ ਬਾਅਦ ਉਹ ਗੋਇੰਦਵਾਲ ਪੂਜਾ ਪੰਗਤ ਵਿੱਚ ਬੈਠ ਕੇ ਲੰਗਰ ਛਕਿਆ ਗੁਰੂ ਜੀ ਦੇ ਕਹਿਣ ਤੇ ਯਾਤਰੀਆਂ ਦਾ ਯਾਤਰਾਕਰ ਮਾਫ ਕਰ ਦਿੰਦਾ ਸੀ ਬੱਚਿਓ ਪੰਗਤ ਵਿੱਚ ਬੈਠ ਕੇ ਲੰਗਰ ਛਕਣ ਤੇ ਯਾਤਰਾਕਰ ਮਾਫ ਕਰਨ ਵਾਲੇ ਬਾਦਸ਼ਾਹ ਦਾ ਨਾਂ ਦੱਸੋ। ਤਾਂ ਦਾ ਕਰੈਕਟ ਆਨਸਰ ਸੀ ਅਕਬਰ। ਕੁਐਸਚਨ ਨੰਬਰ 6 ਦਾ ਕਰੈਕਟ ਆਨਸਰ ਅਕਬਰ। 7th ਕੁਐਸਚਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪੁੱਤਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਪਟਨਾ ਵਿਖੇ ਕਦੋਂ ਹੋਇਆ ਸੀ? ਤਾਂ ਦਾ ਕਰੈਕਟ ਆਨਸਰ 22 ਦਸੰਬਰ 1666 ਈਸਵੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਸੀ। ਕਵੈਸਚਨ ਨੰਬਰ 8 ਪੂਰਬ ਖਾਲਸਾ ਕਾਲ ਦੀ ਇਹ ਮਹੱਤਵਪੂਰਨ ਲੜਾਈ ਗੁਰੂ ਗੋਬਿੰਦ राय ਜੀ ਲੜਨਾ ਨਹੀਂ ਚਾਹੁੰਦੇ ਸਨ ਪੌਂਟਾ ਸਾਈ ਵਿਖੇ ਰਹਿਣ ਲੱਗ ਪਏ ਪਰ ਪਹਾੜੀ ਰਾਜਾ ਭੀਮਚੰਦਰ ਨੇ ਉਹਨਾਂ ਨੂੰ ਲੜਨ ਲਈ ਮਜਬੂਰ ਕੀਤਾ 1688 ਸ ਵਿੱਚ ਇਸ ਲੜਾਈ ਵਿੱਚ ਗੁਰੂ ਜੀ ਨੇ ਪਹਾੜੀ ਰਾਜਾ ਨੂੰ ਹਰਾਇਆ ਦਿੱਤੇ ਨਕਸ਼ੇ ਵਿੱਚ ਗੋਲ ਚੱਕਰ ਵਿੱਚੋਂ ਸਥਾਨ ਦਿਖਾਇਆ ਗਿਆ ਹੈ ਕੀ ਤੁਸੀਂ ਨਕਸ਼ਾ ਦੇਖ ਕੇ ਇੱਥੰ ਤਿੰਨ ਸਥਾਨਾਂ ਨਾਮ ਦੇਖ ਕੇ ਦੱਸ ਸਕਦੇ ਹੋ ਕਿ ਗੁਰੂ ਜੀ ਦੀ ਇਹ ਮਹੱਤਵਪੂਰਨ ਜਿੱਤ ਕਿਸ ਸਥਾਨ ਤੇ ਹੋਈ ਸੀ ਤਾਂ ਇਹ ਵਾਲੀ ਲੜਾਈ ਸੀ ਪਗਾਣੀ ਦੀ ਲੜਾਈ ਇਹ ਸਥਾਨਾ ਜਿਹੜਾ ਕਿ ਪਗਾਣੀ ਦੀ ਲੜਾਈ ਸੀ ਜਿਹੜੀ 1688 ਵਿੱਚ ਲੜੀ ਗਈ ਜਿਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਜਿੱਤ ਹੋਈ ਸੀ ਕੁਐਸਚਨ ਨੰਬਰ 9 31 ਅਕਤੂਬਰ 2019 ਨੂੰ ਇੱਕ ਭਾਰਤੀ ਰਾਜ ਤੋਂ ਰਾਜ ਦਾ ਦਰਜਾ ਵਾਪਸ ਲੈ ਕੇ ਉੱਥੇ ਰਾਜ ਸਰਕਾਰ ਖਤਮ ਕਰ ਦਿੱਤੀ ਗਈ ਅਤੇ ਉਸ ਖੇਤਰ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵੰਡ ਦਿੱਤਾ ਗਿਆ ਇਸ ਨਾਲ ਭਾਰਤ ਦੇ ਰਾਜ 29 ਤੋਂ ਘਟ ਕੇ 28 ਰਹਿ ਗਏ ਦਿੱਤੇ ਨਕਸ਼ੇ ਵਿੱਚ ਰੰਗ ਕੀਤੇ ਖੇਤਰ ਦੇਖ ਕੇ ਦੱਸੋ ਕਿ ਇਹ ਨਵੇਂ ਬਣੇ ਦੋ ਕੇਂਦਰ ਸ਼ਾਸਿਤ ਪ੍ਰਦੇਸ਼ ਕਿਹੜੇ ਹਨ ਤੇ ਇਹਦਾ ਕਰੈਕਟ ਆਨਸਰ ਜੰਮੂ ਕਸ਼ਮੀਰ ਅਤੇ ਲਦਾਖ ਜਿਹੜਾ ਇਹ ਵਾਲਾ ਖੇਤਰ ਹੈ ਜੰਮੂ ਕਸ਼ਮੀਰ ਅਤੇ ਲਦਾਖ ਕੁਐਸਚਨ ਨੰਬਰ 9 ਦਾ ਕਰੈਕਟ ਆਨਸਰ ਹੈ ਕਵੈਸਚਨ ਨੰਬਰ 10 ਇਹ ਭਾਰਤ ਦਾ ਕੇਂਦਰੀ ਬੈਂਕ ਹੈ ਇਸ ਦੀ ਸਥਾਪਨਾ 1935 ਵਿੱਚ ਕੀਤੀ ਗਈ ਇਹ ਦੱਸਦੇ ਹੋਏ ਅਧਿਆਪਕ ਨੇ ਦੱਸਿਆ ਕਿ ਇਹ ਇਸ ਦਾ ਨਾਮ ਭਾਰਤੀ ਰਿਜ਼ਰਵ ਬੈਂਕ ਹੈ ਬੱਚਿਓ ਦੱਸੋ ਇਹ ਬੈਂਕ ਕੀ ਕੰਮ ਕਰਦਾ ਹੈ ਤਾਂ ਭਾਰਤੀ ਜਿਹੜਾ ਰਿਜ਼ਰਵ ਬੈਂਕ ਹੈ ਉਹ ਨੋਟ ਜਾਰੀ ਕਰਨਾ ਬੈਂਕਿੰਗ ਪ੍ਰਣਾਲੀ ਨੂੰ ਨਿਯਮਤ ਕਰਨਾ ਸ਼ਾਕ ਦਾ ਨਿਯੰਤਰਣ ਕਰਨਾ ਕੰਮ ਕਰਦਾ ਤਾਂ ਇਹਦਾ ਕਰੈਕਟ ਆਨਸਰ ਹੋ ਗਿਆ ਉਪਰੋਕਤ ਸਾਰੇ ਕਵੈਸਚਨ ਨੰਬਰ 11 ਉਲਮਾ ਵਾਰੇ ਤੁਸੀਂ ਕੀ ਜਾਣਦੇ ਹੋ ਤਾਂ ਇਹਦਾ ਕਰੈਕਟ ਆਨਸਰ ਮੁਸਲਿਮ ਧਾਰਮਿਕ ਨੇਤਾ ਕਵੈਸਚਨ ਨੰਬਰ 12 ਨਿਵੇਸ਼ ਕਿਸ ਨੂੰ ਕਹਿੰਦੇ ਹਨ ਤਾਂ ਇਹਦਾ ਕਰੈਕਟ ਆਨਸਰ ਪੂੰਜੀ ਵਿੱਚ ਹੋਣ ਵਾਲੇ ਵਾਅਦੇ ਨੂੰ ਜਿਹੜਾ ਕੀ ਨਿਵੇਸ਼ ਕਹਿੰਦੇ ਨੇ ਕਵੈਸਚਨ ਨੰਬਰ 13 ਕਾਲ ਵਿਸਾਖੀ ਕਿਸ ਨੂੰ ਕਹਿੰਦੇ ਹਨ ਤਾਂ ਇਹਦਾ ਕਰੈਕਟ ਆਨਸਰ ਪੱਛਮੀ ਬੰਗਾਲ ਵਿੱਚ ਤੂਫਾਨੀ ਚੱਕਰਵਾਤਾਂ ਨੂੰ ਜਿਹੜੇ ਕਿ ਕਾਲ ਵਿਸਾਖੀ ਕਹਿੰਦੇ ਹਨ ਕੁਐਸਚਨ ਨੰਬਰ 14 ਜਵਾਰੀ ਬਨਸਪਤੀ ਦਾ ਦੂਸਰਾ ਨਾਮ ਕੀ ਹੈ ਤਾਂ ਇਹਦਾ ਕਰੈਕਟ ਆਨਸਰ ਮੰਗਰੋਵ ਬਨਸਪਤੀ ਮੰਗਰੋਵ ਬਨਸਪਤੀ ਜਿਹੜੇ ਕਿ ਜਵਾਰੀ ਬਨਸਪਤੀ ਦਾ ਦੂਸਰਾ ਨਾਮ ਹੈ ਕੁਐਸਚਨ ਨੰਬਰ 15 ਚਾਹ ਵਾਲੀਆਂ ਮਿੱਟੀਆਂ ਦੇਸ਼ ਦੇ ਕਿਹੜੇ ਭਾਗਾਂ ਵਿੱਚ ਹੁੰਦੀਆਂ ਹਨ ਤਾਂ ਇਹਦਾ ਕਰੈਕਟ ਆਨਸਰ ਪਰਬਤੀ ਮਿੱਟੀ ਵਾਲੇ ਭਾਗਾਂ ਦੇ ਵਿੱਚ 15 ਕੁਐਸਚਨ ਦਾ ਕਰੈਕਟ ਆਨਸਰ ਪਰਬਤੀ ਮਿੱਟੀ ਵਾਲੇ ਭਾਗਾਂ ਦੇ ਵਿੱਚ ਕੁਐਸਚਨ ਨੰਬਰ 16 ਜਫਰਨਾਮਾ ਨਾਮਕ ਖਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਸ ਨੂੰ ਲਿਖਿਆ ਸੀ ਤੇ ਇਹਦਾ ਕਰੈਕਟ ਆਨਸਰ ਔਰੰਗਜ਼ੇਬ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਜਫਰਨਾਮਾ ਔਰੰਗਜ਼ੇਬ ਨੂੰ ਲਿਖਿਆ ਸੀ ਕੁਐਸਚਨ ਨੰਬਰ 17 ਹਰਿਮੰਦਰ ਸਾਹਿਬ ਦਾ ਨੀ ਪੱਥਰ ਕਦੋਂ ਅਤੇ ਕਿਸ ਨੇ ਰੱਖਿਆ ਸੀ ਤਾਂ ਇਹਦਾ ਕਰੈਕਟ ਆਨਸਰ 1588 ਈਸਵੀ ਦੇ ਵਿੱਚ ਸੂਫੀ ਫਕੀਰ ਮੀਆਂ ਮੀਰ ਜੀ ਨੇ ਹਰਿਮੰਦਰ ਸਾਹਿਬ ਦਾ ਨੀ ਪੱਥਰ ਰੱਖਿਆ ਸੀ। ਕੁਐਸਚਨ ਨੰਬਰ 18 ਰਾਜ ਸਭਾ ਦਾ ਮੈਂਬਰ ਬਣਨ ਲਈ ਘੱਟੋ ਘੱਟ ਉਮਰ ਕਿੰਨੀ ਹੋਣੀ ਚਾਹੀਦੀ ਹੈ? ਤਾਂ ਕੁਐਸਚਨ ਨੰਬਰ 18 ਦਾ ਕਰੈਕਟ ਆਨਸਰ 30 ਸਾਲ। ਰਾਜ ਸਭਾ ਦਾ ਮੈਂਬਰ ਬਣਨ ਲਈ ਘੱਟੋ ਘੱਟ ਉਮਰ 30 ਸਾਲ ਹੋਣੀ ਚਾਹੀਦੀ ਹੈ। ਕੁਐਸਚਨ ਨੰਬਰ 19 ਰਾਜ ਦੇ ਰਾਜਪਾਲ ਦੀ ਨਿਯੁਕਤੀ ਕਿਸ ਦੁਆਰਾ ਕੀਤੀ ਜਾਂਦੀ ਹੈ ਤਾਂ ਇਹਦਾ கரெਕਟ ਆਨਸਰ ਰਾਸ਼ਟਰਪਤੀ ਦੁਆਰਾ ਰਾਜ ਦੇ ਰਾਜਪਾਲ ਦੀ ਜਿਹੜੀ ਕਿ ਨਿਯੁਕਤੀ ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਹੈ 19 ਦਾ ਆਨਸਰ ਸੀ ਕੁਐਸਚਨ ਨੰਬਰ 20 ਉਪਭੋਗਤਾ ਸੁਰੱਖਣ ਤੋਂ ਕੀ ਭਾਵ ਹੈ ਤਾਂ ਇਹਦਾ கரெਕਟ ਆਨਸਰ ਅਨੁਚਿਤ ਵਪਾਰ ਤੋਂ ਹੋਣ ਵਾਲੇ ਸ਼ੋਸ਼ਣ ਤੋਂ ਸੁਰੱਖਿਆ ਕਰਨਾ ਕੁਐਸਚਨ ਨੰਬਰ 20 ਦਾ கரெਕਟ ਆਨਸਰ ਅਨੁਚਿਤ ਵਪਾਰ ਵਪਾਰ ਤੋਂ ਹੋਣ ਵਾਲੇ ਸ਼ੋਸ਼ਣ ਤੋਂ ਸੁਰੱਖਿਆ ਕਰਨਾ ਆਈ ਹੋਪ ਸਟੂਡੈਂਟਸ ਤੁਸੀਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋਗੇ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨ ਦੇ ਨਾਲ-ਨਾਲ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨਸ ਦੇ ਬਟਨ ਤੁਸੀਂ ਪ੍ਰੈਸ ਕਰ ਲਓ ਤਾਂ ਕਿ ਫਿਊਚਰ ਦੇ ਵਿੱਚ ਤੁਹਾਡੇ ਲਈ ਜਿਹੜੇ ਵੀ ਮੈਂ ਵੀਡੀਓਜ਼ ਅਪਲੋਡ ਕਰਾਂ ਤਾਂ ਤੁਹਾਨੂੰ ਉਹਨਾਂ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਥੈਂਕਸ